ਆ ਸੋਨੂ ਸਰ ਨੇ ਤੋਂ ਬੋਲ ਰਿਹਾ ਉਹ ਵੀ ਸੰਧੂ ਜੀ ਬਹੁਤ ਵਧੀਆ ਔਰ ਸਾਫ ਛਵੀ ਵਾਲੇ ਇਨਸਾਨ ਨੇ ਵਧੀਆ ਬੰਦੇ ਨੇ ਅਸੀਂ ਚਾਹੁੰਦੇ ਹਾਂ ਕਿ ਬਹੁ ਹੀ ਸੰਧੂ ਵਰਗੇ ਬੰਦੇ MLA ਬਣਨ ਅਤੇ ਵਿਧਾਨ ਸਭਾ 'ਚ ਜਾਣ ਅਤੇ ਗਰੀਬ ਲੋਕਾਂ ਲਈ ਚੰਗੇ ਕੰਮ ਕਰਨ ਬਹੁਤ ਵਧੀਆ ਕੰਮ ਕਰਨ ਤਾਂ ਕਿ ਜਿਹੜੀਆਂ ਪਹਿਲੇ ਸਰਕਾਰਾਂ ਆਈਆਂ ਉਹਨਾਂ ਨੇ ਕੀ ਕੀਤਾ ਕੁਛ ਨਹੀਂ ਕੀਤਾ ਗਰੀਬਾਂ ਵਾਸਤੇ ਅਸੀਂ ਕਹਿੰਦੇ ਹਾਂ ਕਿ ਚੰਗਾ ਬੰਦਾ ਬਣੇ ਅਤੇ ਗਰੀਬ ਬੰਦਿਆਂ ਬਾਰੇ ਕੁਛ ਸੋਚੇ ਤਾਂ ਕਿ ਉਹਨਾਂ ਦਾ ਭਲਾ ਹੋਵੇ ਅਤੇ ਸਾਡੇ ਸੰਧੂ ਭਾਅ ਜੀ ਹੋਣੀ ਬਹੁਤ ਅੱਛੇ ਆਦਮੀ ਨੇ ਔਰ ਬਹੁਤ ਚੰਗੇ ਆਦਮੀ ਨੇ ਮੈਂ ਇਹੋ ਹੀ ਬੇਨਤੀ ਕਰਦਾ ਇਹਨਾਂ ਅੱਗੇ ਕਿ ਇਹਨੂੰ ਵਿਚਾਰੇ ਨੂੰ ਗਰੀਬ ਜਨਤਾ ਦਾ ਹੱਕਦਾਰ ਬਣਾਓ ਔਰ ਅਸੀਂ ਆਪਣਾ ਹੱਕ ਲੈਣ ਵਾਲੇ ਬਣਾਂਗੇ ਦੇਖੋ ਜੀ ਮੈਨੂੰ ਇਸ ਪਾਰਟੀ ਦੇ ਵਿੱਚ ਘੱਟੋ ਘੱਟ 2 ਸਾਲ ਹੋ ਗਏ ਨੇ ਇਸ ਪਾਰਟੀ ਦਾ ਸਾਨੂੰ ਇੰਨਾ ਕੁ ਸੰਯੋਗ ਮਿਲਦਾ ਔਰ ਇੰਨਾ ਕਿ ਇੰਨੀ ਕਿ ਬਹੁਤ ਵਧੀਆ ਪਾਰਟੀ ਆ ਵੀ ਸਾਡੇ 'ਤੇ ਬਹੁਤ ਔਕੜਾਂ ਆਈਆਂ ਔਰ ਸਾਡੀਆਂ ਫੋਨਾਂ ਰਸਤੇ ਸਾਡੀਆਂ ਜਿਹੜੇ ਮਸਲੇ ਸਾਡੇ ਹੱਲ ਹੋ ਗਏ ਜੀ ਇੰਨੀਆਂ ਕਿ ਸਾਨੂੰ ਮਤਲਬ ਪਰੇਸ਼ਾਨੀਆਂ ਸਾਡੀਆਂ ਦੂਰ ਕੀਤੀਆਂ ਨੇ ਬਾਕੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਹ ਸਾਡੇ ਬੋਵੀ ਸੰਧੂ ਜੀ MLA ਸਾਨੂੰ ਜਾਣ ਕੇ ਖੁਸ਼ੀ ਹੋਵੇਗੀ ਅਤੇ ਅਸੀਂ ਕਹਿੰਦਾ ਵੀ ਉਹ ਪਰਮੇਸ਼ਰ ਇਹਨਾਂ ਨੂੰ ਇਹਦੀ ਜਿੱਤ ਹਾਸਲ ਕਰੇ ਔਰ ਇਹਦੀ ਜਿੱਤ ਸਾਡੀ ਜਿੱਤ ਆ ਇਹਦੀ ਜਿੱਤ ਦੇ ਨਾਲ ਹੀ ਅਸੀਂ ਅੱਗੇ ਵੱਧ ਸਕਦੇ ਹਾਂ ਔਰ ਸਾਡੀਆਂ ਮੁਸ਼ਕਲਾਂ ਦੂਰ ਹੋ ਸਕਦੀਆਂ ਪਿਆਰ ਕਰੋ ਬੋਵੀ ਸੰਧੂ ਨੇ ਕਰ ਵਖਾਉਣਾ